ਰਿਜ਼ਾਈਨ ਕਰਦਾ ਕਿ ਜੇ ਤੇਰੇ 'ਚ ਜ਼ਰੂਰਤ ਹੈਗੀ ਆ ਮੈਂ ਰਿਜ਼ਾਈਨ ਕਰੂੰਗਾ ਤਾਂ ਤੂੰ ਬਿਕਰਮ ਮਜੀਠੀਆ ਕੋਲੋਂ ਰਿਜ਼ਾਈਨ ਕਰਾ ਕੇ ਡੇਰ ਬਾਬਾ ਨਾਨਕ 'ਚ ਇਲੈਕਸ਼ਨ ਲੜਾ ਔਰ ਮੈਨੂੰ ਤੇਰਾ ਚੈਲੇਂਜ ਕਬੂਲ ਹੈ। ਤੂੰ 2019 ਦੀਆਂ ਗੱਲਾਂ ਕਰਦਾ, ਮੈਂ ਤੈਨੂੰ 2017 'ਚ ਕਹਿੰਦਾ ਕਿ ਅੱਜ ਰਿਜ਼ਾਈਨ ਦੋਵੇਂ ਕਰੀਏ ਅਤੇ ਇੱਥੇ ਡੇਰ ਬਾਬਾ ਨਾਨਕ ਉੱਥੇ ਮਜੀਠੀਆ ਜੇ ਕਰਕੇ ਆਵੇ ਅਤੇ ਡੇਰ ਬਾਬਾ ਨਾਨਕ ਮੈਂ ਕਰਦਾ ਔਰ ਇੱਥੋਂ ਇਲੈਕਸ਼ਨ ਲੜੀਏ। ਜੇ ਆਪਣੇ ਪਿਓ ਦੇ ਪੋਤੇ ਹੋ ਤੁਸੀਂ ਦੋਵੇਂ ਤਾਂ ਮੇਰਾ ਚੈਲੇਂਜ ਕਬੂਲ ਕਰੋ ਔਰ ਮੈਂ ਓਪਨ ਚੈਲੇਂਜ ਹੈ ਤੁਹਾਨੂੰ, ਭਾਵੇਂ ਸੁਖਬੀਰ ਬਾਦਲ ਜੇ ਉਹਦੇ 'ਚ ਬਹੁਤ ਹੈਗਾ ਅਤੇ ਉਹ ਲੜ ਲਏ ਮੇਰੇ ਨਾਲ ਇੱਥੇ ਆਣ ਕੇ ਇਲੈਕਸ਼ਨ ਇਹਨੂੰ ਰੰਧਾਵਾ ਪੈ ਗਿਆ। ਕਹਿੰਦੇ ਸਾਨਾ ਵਾਂਗ ਹੈ ਜੋ ਕੜਾਈ ਫਿਰਦਾ ਧੌਣ ਪਣਾਂ ਵਿੱਚ ਨੱਪ ਦਿਆਂਗੇ, ਅਸੀਂ ਨਾਦਰ ਸ਼ਾਹ ਅਬਦਾਲੀ ਵਰਗੇ ਪਛਾਣ ਛੱਡੇ ਖੁੰਭ ਤੇਰੇ ਵੀ ਛੇਤੀ ਠੱਪ ਦਿਆਂਗੇ। ਉਹ ਕਿਹੜੇ ਬਾਗ ਦੀ ਕਿਹੜੇ ਖੇਤ ਦੀ ਮੂਲੀ ਹੈ ਸਾਡੇ ਅੱਗੇ ਸੁੱਖੀ, ਤੂੰ ਸਮਾਂ ਆਉਣ ਤੇ ਫੱਟੇ ਤੇਰੇ ਵੀ ਛੇਤੀ ਚੱਕ ਦਿਆਂਗੇ। ਸ਼੍ਰੋਮਣੀ ਅਕਾਲੀ ਦਲ ਯੂਥ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਵਿਚਾਲੇ ਸ਼ਬਦੀ ਜੰਗ ਦਿਨੋ ਦਿਨ ਭਖਦੀ ਹੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇੱਕ ਵਾਰ ਫਿਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੱਡੀ ਚੁਣੌਤੀ ਦੇ ਦਿੱਤੀ ਹੈ। ਬਿਕਰਮ ਸਿੰਘ ਮਜੀਠੀਆ ਨੇ ਆਪਣੀ ਫੇਸਬੁੱਕ 'ਤੇ ਲਿਖਿਆ ਹੈ ਕਿ ਮੈਂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦਿੱਤੀ ਗਈ ਚੁਣੌਤੀ ਨੂੰ ਸਵੀਕਾਰ ਕਰਦਾ ਹਾਂ। ਇਸ ਵਿੱਚ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖੀ ਰੰਧਾਵਾ ਵੱਲੋਂ ਇਹ ਕਿਹਾ ਗਿਆ ਸੀ ਕਿ ਉਹ ਆਪਣੀ ਸੀਟ ਤੋਂ ਅਸਤੀਫਾ ਦੇ ਕੇ ਬਿਕਰਮ ਮਜੀਠੀਆ ਖਿਲਾਫ਼ ਚੋਣ ਲੜਨਾ ਚਾਹੁੰਦੇ ਹਨ। ਬਿਕਰਮ ਸਿੰਘ ਮਜੀਠੀਆ ਨੇ ਆਪਣੀ ਫੇਸਬੁੱਕ 'ਤੇ ਲਿਖਿਆ ਹੈ ਕਿ ਮੈਂ ਸੁਖੀ ਰੰਧਾਵੇ ਨੂੰ ਮਸ਼ਵਰਾ ਦਿੰਦਾ ਹਾਂ ਕਿ ਉਹ ਸਵੇਰੇ ਹੀ ਅਸਤੀਫਾ ਦੇ ਦੇਣ। ਮਜੀਠੀਆ ਨੇ ਕਿਹਾ ਹੈ ਕਿ ਮੈਂ ਰੰਧਾਵਾ ਦਾ ਹੰਕਾਰ ਤੋੜਨ ਲਈ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਲਈ ਤਿਆਰ ਹਾਂ। ਬਿਕਰਮ ਸਿੰਘ ਮਜੀਠੀਆ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਿਹਾ ਹੈ ਕਿ ਤੁਸੀਂ ਕਿਰਪਾ ਕਰਕੇ ਜਲਦੀ ਅਸਤੀਫਾ ਦਿਓ ਤਾਂ ਜੋ ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਦਾ ਛੇਤੀ ਤੋਂ ਛੇਤੀ ਐਲਾਨ ਹੋ ਸਕੇ। ਤੁਹਾਨੂੰ ਦੱਸ ਦਈਏ ਕਿ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਗੁਰਦਾਸਪੁਰ ਦੀ ਲੋਕ ਸਭਾ ਜ਼ਿਮਨੀ ਚੋਣ ਦੇ ਦੌਰਾਨ ਲਗਾਤਾਰ ਬਿਕਰਮ ਸਿੰਘ ਮਜੀਠੀਆ ਨੂੰ ਡੇਰਾ ਬਾਬਾ ਨਾਨਕ ਹਲਕੇ ਤੋਂ ਵਿਧਾਨ ਸਭਾ ਚੋਣ ਲੜਨ ਦੀ ਚੁਣੌਤੀ ਦਿੱਤੀ ਜਾ ਰਹੀ ਸੀ ਅਤੇ ਨਾਲ ਹੀ ਇਹ ਕਿਹਾ ਜਾ ਰਿਹਾ ਸੀ ਕਿ ਜਾਂ ਤਾਂ ਉਹ ਡੇਰਾ ਬਾਬਾ ਨਾਨਕ ਆ ਕੇ ਚੋਣ ਲੜਨ ਜਾਂ ਫਿਰ ਉਹ ਖੁਦ ਮਜੀਠਾ ਹਲਕੇ ਵਿੱਚ ਜਾ ਕੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ਼ ਚੋਣ ਲੜਨ ਲਈ ਤਿਆਰ ਹਨ। ਰੰਧਾਵਾ ਵੱਲੋਂ ਵਾਰ ਵਾਰ ਦਿੱਤੀ ਜਾ ਰਹੀ ਇਸ ਚੁਣੌਤੀ ਨੂੰ ਹੁਣ ਬਿਕਰਮ ਸਿੰਘ ਮਜੀਠੀਆ ਨੇ ਸਵੀਕਾਰ ਕਰ ਲਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸੁਖਜਿੰਦਰ ਸਿੰਘ ਰੰਧਾਵਾ ਬਿਕਰਮ ਸਿੰਘ ਮਜੀਠੀਆ ਦੀ ਇਸ ਚੁਣੌਤੀ ਦਾ ਕਿਵੇਂ ਜਵਾਬ ਦਿੰਦੇ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਮਾਝੇ ਦਾ ਜਰਨੈਲ ਕਿਹਾ ਜਾਂਦਾ ਹੈ, ਉੱਥੇ ਹੀ ਬੀਤੇ ਦਿਨੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਾਂਗਰਸ ਵੱਲੋਂ ਮਾਝੇ ਦੇ ਜਰਨੈਲ ਦਾ ਖਿਤਾਬ ਦੇ ਦਿੱਤਾ ਗਿਆ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਮਾਝੇ ਦੇ ਇਹਨਾਂ ਦੋਵਾਂ ਜਰਨੈਲਾਂ ਵਿੱਚ ਡੇਰਾ ਬਾਬਾ ਨਾਨਕ ਜਾਂ ਮਜੀਠਾ ਹਲਕੇ ਤੋਂ ਜ਼ਿਮਨੀ ਚੋਣ ਦੀ ਟੱਕਰ ਹੁੰਦੀ ਹੈ ਜਾਂ ਨਹੀਂ। ਨਿਊਜ਼ ਡੈਸਕ ਤੋਂ ਡਾਕਟਰ ਰਜਿੰਦਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।